ਕਹਿੰਦੇ ਸੁਭਾਅ ਬੜਾ ਕੱਬਾ ਚੱਕੀ ਫਿਰਦਾ ਇਹ ਗੱਲ ਨਹੀਂ ਕਰਦਾ ਕਿ ਕਿੰਨੀ ਕੁ ਉਮਰ ਹੈ ਇਹਦੀ ਇਹਦੀ 3 ਸਾਲ ਦੀ ਹੈ ਜੀ ਉਮਰ ਸ਼ਰਾਰਤੀ ਬਹੁਤ ਸ਼ਰਾਰਤੀ ਬਹੁਤ ਮੈਡਮ ਸ਼ਰਾਰਤਾਂ ਬਹੁਤ ਕਰਦਾ ਉਹ ਕੱਪ ਸੈੱਟ ਹੁੰਦਾ ਹੈਂਡਲ ਕੱਪ ਗੋਲੀਆਂ ਤੇ ਉਹ ਆਂਦਾ ਪਾਪਾ ਇੱਥੇ ਠੁਕਣਾ ਇੱਥੇ ਲਾਉਣਾ ਇਹਨੇ ਤੇ ਆਪਣੇ ਆ ਮੈਂ ਹੈਰਾਨ ਆ ਵੀ ਵਾਕਿਆ ਯਾਰ ਇਹਨੂੰ ਮੈਂ ਦੱਸਿਆ ਨਹੀਂ ਵੀ ਆ ਕੱਪ ਇੱਥੇ ਲੱਗਣਾ ਉਦਾਂ ਫੜ ਕੇ ਥੋੜੀ ਨਾ ਉਹ ਕੱਪ ਠੋਕਦਾ ਇਹਨੇ ਨਟ ਬੋਲਟ ਜਦੋਂ ਹੀ ਖੋਲਣਾ ਵਾ ਉਦਾਂ ਫਿਰ ਇਹਨੇ ਪਾਇਆ ਸਾਈਡ ਤੇ ਜਾ ਕੇ ਲੱਗੇ ਰਹਿਣਾ ਥੋੜੀ ਨਾ ਸੱਟਾਂ ਮਾਰੀ ਜਾਣੀਆਂ ਨਟ ਖੋਲ ਦੇਣਾ ਕਈ ਨਟ ਜ਼ਿਆਦਾ ਟਾਈਟ ਹੁੰਦੇ ਨਹੀਂ ਖੋਲਦੇ ਉਹ ਦੇਖੋ ਉਹ ਵੇ ਕਿੱਧਰ ਨੂੰ ਗਿਆ ਹੁਣ ਉਹ ਇਦਾਂ ਕਰਦਾ ਹੋਵੇ ਤਾਂ ਦਾਦੂ ਨਾਲ ਲੜਨ ਡਿਆ ਵਾ ਵੀ ਇਹ ਮੈਨੂੰ ਆਪੇ ਕੰਮ ਕਰਨ ਦਿਓ ਘਰੇ ਫਰਿੱਜ ਖੋਲ ਦਿੰਦਾ ਵਾ ਫਰਿੱਜ 'ਚ ਵੜ ਜਾਂਦਾ ਸਾਰਾ ਸਮਾਨ ਕੱਢ ਕੇ ਬਾਹਰ ਜੇ ਕੋਈ ਨਟ ਲੱਗਾ ਤੇ ਪੇਚ ਕਸਣਾ ਕਸਣ ਲੱਗ ਪੈਂਦਾ ਤੇ ਖੋਲਣ ਲੱਗ ਜਦੇ ਕਿੱਥੇ ਆ ਤੂੰ ਦੱਸ ਅੱਖ ਵਜਾ ਕੇ ਹੀ ਨਿਕਲਦੇ ਆ ਤਾਂ ਗਾਲ ਕੱਢ ਦਿੰਦਾ ਆ ਇਹਨੇ ਗਾਲ ਉਦੋਂ ਕੱਢਣੀ ਜਦੋਂ ਇਹਨੂੰ ਆਪਾਂ ਛੇੜਦੇ ਆ ਉਦਾਂ ਨਹੀਂ ਕਿ ਬਈ ਗਾਲਾਂ ਕੱਢੀ ਜਾਊਗਾ ਇਹਨੂੰ ਆਪਾਂ ਛੇੜਦੇ ਆ ਇਹਨੂੰ ਸ਼ਤਾਨੀ ਕਰੀਆਂ ਚੁੰਡੀ ਮੁੰਡੇ ਵੜ ਦੇਣ ਇਹਨੇ ਗਾਲ ਕੱਢ ਦੇਣੀ ਜਾਂ ਸੰਦ ਮਾਰ ਦੇਣਾ ਉਹਦੇ ਤੁਸੀਂ ਦੱਸਦੇ ਸੀਗੇ ਕਿ ਨਟਾਂ ਦੇ ਵਿੱਚੋਂ ਸੋਹਾਂ ਦੇ ਵਿੱਚੋਂ ਇੱਕ ਚੱਕ ਲੈਂਦਾ ਇਹ ਵੀ ਜਿਹੜਾ ਫਿੱਟ ਹੁਣ ਤੇ ਜਿਵੇਂ ਜਿਵੇਂ ਸਾਨੂੰ ਵੇਖਦਾ ਇਹ ਵੀ ਆਹ ਚੀਜ਼ ਇੱਥੇ ਲੱਗਣੀ ਆ ਆਹ ਨਾੜ ਇੱਥੇ ਲੱਗਣਾ ਉਵੇਂ ਉਵੇਂ ਕਰੀ ਜਾਂਦਾ ਇਹ ਜੇ ਇਹਨੂੰ ਫੜ ਕੇ ਆਪਾਂ ਹੁਣੇ ਤੁਹਾਡੇ ਸਾਹਮਣੇ ਮੈਂ ਖਿੱਚੂੰਗਾ ਤੇ ਇਹਨੇ ਰੋਣਾ ਵੇਖ ਲਿਓ ਹੁਣ ਕਿਤੇ ਚਲੋ ਅੰਦਰ ਚਲੋ ਚੱਲ ਮੈਨੂੰ ਕਹਿ ਰਿਹਾ ਵੀ ਤੂੰ ਅੰਦਰ ਚੱਲੇ ਨਹੀਂ ਜਾਂਦਾ ਤੁਹਾਡੇ ਸਾਹਮਣੇ ਉਹ ਵੇਖ ਲਓ ਕਿੱਥੇ ਨਾੜ ਵੇਖੋ ਕਿੱਥੇ ਲਾਉਣ ਡਿਆ ਉਧਰੇ ਤੁਸੀਂ ਦੇਖ ਸਕਦੇ ਇਹਨੂੰ ਪ੍ਰੋਪਰ ਇਹਨੂੰ ਸਾਰੀ ਜਾਣਕਾਰੀ ਹੈ ਨਾ ਕਿਹੜਾ ਕੰਮ ਕਿੱਦਾਂ ਕਰਨਾ ਨਟ ਕਿੱਦਾਂ ਕਸਣਾ ਸਕੂਲ ਦਾ ਨਾਂ ਲੈਣੇ ਆ ਤੇ ਰੋਣ ਡਿਆ ਬੰਦਾ ਕਿ ਸ਼ੌਪ ਦਾ ਹੀ ਕੰਮ ਕਰਨਾ ਮੈਂ ਸਕੂਲ ਵੇਖੋ ਕੀ ਕਰਦਾ ਕਿਤੇ ਡੈਕਸੀ ਨਾ ਖੋਲਦੇ ਉੱਥੇ ਜਾ ਕੇ ਚਾਬੀਆਂ ਪੇਚਕਸ ਬੈਗ ਦੇ ਵਿੱਚ ਪਾ ਕੇ ਲੈ ਜੇ ਤੇ ਉੱਥੇ ਜਾ ਕੇ ਕਿਤੇ ਗਲਤ ਨਾ ਕੰਮ ਕਰਦੇ ਸਾਨੂੰ ਤੇ ਇਹੋ ਰਹਿੰਦਾ ਵੀ ਮੈਡਮਾਂ ਦੇ ਡੈਕਸ ਨਾ ਖੋਲਦੇ ਖੇਡਣਾ ਇਹਨੂੰ ਇੱਦਾਂ ਹੀ ਪਸੰਦ ਗੇਮ ਇਹਦੀ ਇਹੋ ਹੀ ਆ ਜੀ ਬੁਲਟ ਦੇ ਨਾਲ ਪੰਗੇ ਲੈਣੇ ਕੋਈ ਨਟ ਬੋਲਟ ਖੋਲਦਾ ਕੋਈ ਟਾਇਰ ਵੀਲ ਘੁਮਾਤਾ ਕੋਈ ਬੈਰਿੰਗ ਠੋਕਦਾ ਇਹੋ ਗੇਮ ਹੈ ਜੀ ਇਹਦੀ ਮੋਬਾਈਲ ਫੜਾਓ ਇਹਨੇ ਫੜਨਾ ਇੰਟਰਸਟ ਹੀ ਨਹੀਂ ਇਹਦਾ ਹੈਗਾ ਫੋਨ ਤੋਂ ਦੂਰ ਆ ਜੀ ਇਹ ਫੋਨ ਤੋਂ ਦੂਰ ਆ ਤੇ ਕੰਮ ਦੇ ਨੇੜੇ ਆ ਜਿਹੜੀ ਇਹ ਦੋ ਤਿੰਨ ਤਿੰਨ ਵਾਰੀ ਕੱਪੜੇ ਬਦਲੀ ਦੀ ਆ ਜਦੋਂ ਬਦਲ ਕੇ ਅੰਦਰ ਸਮਾਈਦਾ ਇਹ ਉੱਠ ਕੇ ਬਾਹਰ ਨੂੰ ਆ ਜਾਂਦਾ ਫਿਰ ਮਿੰਟੇ ਛੁੱਲੀ ਵਾਂਗੂ ਬਾਹਰ ਆਉਣਾ ਇਹਨੇ ਬੂਹਾ ਬੰਦ ਕਰੋ ਤੇ ਬੂਹੇ ਭੰਨਣ ਡਿਆ ਬੰਦਾ ਖਾਣਾ ਵੀ ਨਹੀਂ ਖਾਂਦਾ ਦੁੱਧ ਵੀ ਨਹੀਂ ਪੀਣਾ ਬਸ ਕੰਮ 'ਚ ਇੰਟਰਸਟ ਹੈ ਸ਼ਰਾਰਤਾਂ ਕਰਦਾ ਬਹੁਤ ਜ਼ਿਆਦਾ ਹੁੰਦਾ ਭੁੱਖ ਭੁੱਖ ਲੱਗਦੀ ਕਿ ਸਾਰਾ ਕੰਮ ਇੱਦਾਂ ਹੀ ਨਿਕਲ ਜਾਂਦਾ ਨਹੀਂ ਸਾਰੀ ਦਿਹਾੜੀ ਦੁਕਾਨ ਤੇ ਹੀ ਬਸ ਸ਼ੌਪ ਤੇ ਹੀ ਨਾ ਕੀ ਇਹਦੇ ਨਾਲ ਮਨਕੀਰਤ ਸਿੰਘ ਕਲਸੀ ਹੈਨਾ ਕਲਸੀ ਹੈ ਤੂੰ ਓਹ ਤਰਖਾਣਾ ਦਾ ਮੁੰਡਾ ਹੈ ਸਾਡਾ ਬੱਚਾ ਅਸੀਂ ਆਪਣੇ ਬੱਚੇ ਦੀ ਲਾਈਫ ਆਪ ਬਣਾਉਣੀ ਵੀ ਕਿੱਦਾਂ ਬਣਾਉਣੀ ਆ ਅਸੀਂ ਪੜ੍ਹ ਕੇ ਸਾਨੂੰ ਨੌਕਰੀਆਂ ਨਹੀਂ ਮਿਲੀਆਂ ਅਤੇ ਮੈਂ ਕਹਿੰਦਾ ਵੀ ਪਲੱਸ ਟੂ ਤੋਂ ਬਾਅਦ ਵੀ ਨਹੀਂ ਕੋਈ ਤੁਹਾਨੂੰ ਹੈਗਾ ਵੀ ਨੌਕਰੀ ਮਿਲੂ ਮਿਲੂਗੀ ਦੱਸੋ ਹੈਗਾ ਕੋਈ ਨਹੀਂ ਨਾ ਕੋਈ ਅਤੇ ਸਾਨੂੰ ਪਤਾ ਵੀ ਅਸੀਂ 5 ਸਾਲ ਵੀ ਇਹਦੇ ਠੋਕੇ ਲਵਾ ਤੇ ਅਤੇ ਅਮੈਰੀਕਾ ਕਨੇਡਾ ਇੱਥੇ ਬਣਾ ਦੇਣਾ ਸੀ ਇਹਦਾ ਅਤੇ ਆਪਾਂ ਬਾਜ਼ਾਰ ਦੇ ਵਿੱਚ ਚਲ ਗਏ ਹਾਂ ਅਤੇ ਉੱਥੇ ਇੱਕ ਅੰਕਲ ਮਿਲੇ ਸਾਨੂੰ ਉਹ ਮਤਲਬ ਕਿ ਰੋਗੇ ਆਉਂਦੇ ਵੀ ਹਾਏ ਐਡਾ ਸੋਹਣਾ ਬੱਚਾ ਉਹਨਾਂ ਦੇ ਮਗਰ ਕਾਫੀ ਟ੍ਰੈਫਿਕ ਜਾਮ ਹੋ ਗਈ ਮਗਰ ਮੋਟਰਸਾਈਕਲ ਗੱਡੀਆਂ ਹਾਰਨ ਵੱਜਣ ਲੱਗ ਪੈਣ ਅਤੇ ਉਹ ਕਹਿੰਦੇ ਮੈਂ ਬੱਚੇ ਨੂੰ ਜੱਫੀ ਪਾ ਕੇ ਤੇ ਫਿਰ ਘਰੇ ਜਾਣਾ ਉਦਾਂ ਜਾਣਾ ਨਹੀਂ ਜਿਹੜੇ ਮਗਰ ਹਾਰਨ ਮਾਰਨੇ ਉਹਨਾਂ ਨੂੰ ਕਹਿੰਦਾ ਵੀ ਰੁਕ ਜਾਓ ਯਾਰ 2 ਮਿੰਟ ਮੈਨੂੰ ਬੱਚੇ ਨੂੰ ਮਿਲ ਲੈਣ ਦਿਓ ਮੈਂ ਪਹਿਲੀ ਵਾਰੀ ਬੱਚਾ ਵੇਖਿਆ ਇਹੋ ਜਿਹਾ ਵੀ ਇੱਦਾਂ ਦੇ ਚਾਂਸ ਹੁੰਦੇ ਰਹਿੰਦੇ ਜਿੱਥੇ ਵੀ ਚੱਲ ਜਾਂਦਾ ਮੈਡਮ ਡਿਗਰੀਆਂ ਲੋਕ ਮੁੰਡੇ ਡਿਗਰੀਆਂ ਡਿਪਲੋਮੇ ਲੈ ਘੁੰਮਣ ਡੇ ਵਿਚਾਰੇ ਅਤੇ ਉਹ ਜਦੋਂ ਨੌਕਰੀ ਨਹੀਂ ਮਿਲਦੀ ਤਾਂ ਫਿਰ ਬੰਦੇ ਦਾ ਧਿਆਨ ਦੂਜੇ ਬੰਦੇ ਜਾਣਾ ਵੀ ਗਲਤ ਕੰਮ ਕੋਈ ਚੋਰੀ ਕੋਈ ਠੱਗੀ ਇੰਨੇ ਇੰਨੇ ਲੋਕ ਪੜ੍ਹ ਲਿਖ ਕੇ ਵੀ ਉਹਨਾਂ ਨੂੰ ਨੌਕਰੀਆਂ ਨਹੀਂ ਮਿਲਣੀਆਂ ਸਾਨੂੰ ਇਹ ਆ ਵੀ ਚਲੋ ਅੱਜ ਇਹ ਕੰਮ ਕਰਨ ਡਿਆ ਆਉਣ ਵਾਲੇ 4-5 ਸਾਲ ਦੇ ਵਿੱਚ ਆਪਣਾ ਕੰਮ ਕਰਨ ਵਾਲਾ ਹੋ ਜਾਊਗਾ ਅੰਦਰ ਬਿਲਕੁਲ ਨਹੀਂ ਜਾਂਦਾ ਤੇ ਮੁੰਡੇ ਲੈ ਕੇ ਜਾਂਦੇ ਆ ਪਰ ਇਹਨੇ ਨਹੀਂ ਜਾਣਾ ਮੁੰਡਿਆਂ ਨੂੰ ਗਾਲਾਂ ਕੱਢੂਗਾ ਕੁੱਟੂਗਾ ਮਾਰੂਗਾ ਕਿ ਨਹੀਂ ਮੈਂ ਨਹੀਂ ਜਾਣਾ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡੇ ਨਾਲ ਜਸਪ੍ਰੀਤ ਸੋਸ਼ਲ ਮੀਡੀਆ 'ਤੇ ਇੱਕ ਬੱਚਾ ਖੂਬ ਵਾਇਰਲ ਹੋ ਰਿਹਾ ਹੈ ਅੱਜ ਅਸੀਂ ਉਹਦੇ ਕੋਲ ਪਹੁੰਚੇ ਹਾਂ ਮੈਂ ਗੱਲ ਕਰ ਰਹੀ ਹਾਂ ਮਨਕੀਰਤ ਸਿੰਘ ਕਲਸੀ ਦੀ ਬੁਲਟ ਸ਼ੋਪ 'ਤੇ ਹੁੰਦਾ ਆ ਤੁਸੀਂ ਅਕਸਰ ਇਹਨਾਂ ਦੀਆਂ ਵੀਡੀਓਜ਼ ਦੇਖੀਆਂ ਹੋਗੀਆਂ ਮਕੈਨਿਕ ਹੀ ਕਰਦਾ ਹੈ ਨਾ ਬੁਲਟਾਂ ਦੀ ਅਤੇ ਬਹੁਤ ਸੋਹਣਾ ਬਹੁਤ ਸੋਹਣੀਆਂ ਹੁੰਦੀਆਂ ਨੇ ਵੀਡੀਓਜ਼ ਅਤੇ ਅਸੀਂ ਅੱਜ ਇਹਨਾਂ ਤੋਂ ਪਹੁੰਚੇ ਹਾਂ ਗੱਲਬਾਤ ਇਹਨਾਂ ਨਾਲ ਕੋਸ਼ਿਸ਼ ਜ਼ਰੂਰ ਕਰਾਂਗੇ ਕਹਿੰਦੇ ਸੁਭਾਅ ਬੜਾ ਕੱਬਾ ਚੱਕੀ ਫਿਰਦਾ ਇਹ ਗੱਲ ਨਹੀਂ ਕਰਦਾ ਇਹਨਾਂ ਨਾਲ ਵੀ ਗੱਲਬਾਤ ਕਰਾਂਗੇ ਫਿਲਹਾਲ ਸਾਡੇ ਨਾਲ ਇਹਨਾਂ ਦੇ ਮੰਮੀ ਪਾਪਾ ਮੌਜੂਦ ਆ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਵਿੱਚ ਬਹੁਤ ਬਹੁਤ ਸਵਾਗਤ ਹੈ ਸਤਿ ਸ਼੍ਰੀ ਅਕਾਲ ਮੈਡਮ ਤੁਸੀਂ ਸਾਡੇ ਕੋਲ ਏਡੀ ਦੂਰ ਆਏ ਵੈਲਕਮ ਮੈਡਮ ਤੁਹਾਡੇ ਬਹੁਤ ਸਤਿ ਸ਼੍ਰੀ ਅਕਾਲ ਮੈਮ ਅੱਛਾ ਇਹਨੇ ਕਿੰਨੀ ਕੁ ਉਮਰ ਹੈ ਇਹਦੀ ਇਹਦੀ 3 ਸਾਲ ਦੀ ਹੈ ਜੀ ਉਮਰ
ਸ਼ਰਾਰਤੀ ਬਹੁਤ ਸ਼ਰਾਰਤੀ ਬਹੁਤ ਮੈਡਮ ਸ਼ਰਾਰਤਾਂ ਬਹੁਤ ਕਰਦਾ ਮੈਡਮ ਅੱਛਾ ਇੱਧਰ ਇਹਦਾ ਕਿੱਦਾਂ ਇੰਟਰਸਟ ਪੈ ਗਿਆ ਬੁਲਟਾਂ ਵਾਲੇ ਹਨਾ ਮਕੈਨਿਕ ਕੀ ਕਰਦਾ ਕਿ ਤੁਸੀਂ ਦੱਸਦੇ ਸੀਗੇ ਕਿ ਨਟਾਂ ਦੇ ਵਿੱਚੋਂ ਸੋਹਾਂ ਦੇ ਵਿੱਚੋਂ ਇੱਕ ਚੱਕ ਲੈਂਦਾ ਇਹ ਵੀ ਜਿਹੜਾ ਫਿੱਟ ਹੋਣਾ ਉਹ ਇਦਾਂ ਵੀ ਆਪਣੇ ਘਰ ਦੇ ਵਿੱਚ ਹੀ ਸ਼ੌਪ ਆ ਘਰ ਦੇ ਵਿੱਚ ਸ਼ੌਪ ਹੋਣ ਕਰਕੇ ਫਿਰ ਇਹ ਸਾਡੇ ਕੋਲ ਬਾਹਰ ਹੀ ਆ ਜਾਂਦਾ ਵਾ ਜੇ ਮੰਨ ਲਓ ਸ਼ੌਪ ਕਿਤੇ ਦੂਰ ਹੁੰਦੀ ਜਾਂ ਘਰ ਦੂਰ ਹੁੰਦਾ ਫਿਰ ਥੋੜ੍ਹੀ ਇਹਨੇ ਆਉਣਾ ਸੀ ਇਹ ਘਰ ਦੇ ਵਿੱਚ ਹੀ ਸ਼ੌਪ ਹੋਣ ਕਰਕੇ ਸਾਡੇ ਕੋਲ ਆ ਜਾਂਦਾ ਵਾ ਅਤੇ ਜਿਵੇਂ ਜਿਵੇਂ ਸਾਨੂੰ ਵੇਖਦਾ ਹੋਏ ਵੀ ਆਹ ਚੀਜ਼ ਇੱਥੇ ਲੱਗਣੀ ਆ ਆਹ ਨਾੜ ਇੱਥੇ ਲੱਗਣਾ ਉਵੇਂ ਉਵੇਂ ਕਰੀ ਜਾਂਦਾ ਹੈ ਇੱਕ ਇੰਟਰਸਟ ਵੀ ਹੁੰਦਾ ਹੈ ਨਾ ਬੱਚੇ ਹੋਰ ਵੀ ਹੋਣਗੇ ਹੈ ਨਾ ਇਹ ਇਕੱਲਾ ਹੀ ਆਉਂਦਾ ਇੱਧਰ ਇੰਟਰਸਟ ਇਹਦਾ ਪੂਰਾ ਮੈਡਮ ਇਹ ਸਾਨੂੰ ਵੀ ਨਹੀਂ ਪਤਾ ਵੀ ਕਿਹੜੇ ਹਿਸਾਬ ਨਾਲ ਇੰਨਾ ਇੰਟਰਸਟ ਰੱਖਦਾ ਹੈ ਮਕੈਨੀਕਲ ਲਾਈਨ ਦੇ ਵਿੱਚ ਨਾ ਅਸੀਂ ਇਹਨੂੰ ਕਿਹਾ ਵਾ ਵੀ ਤੂੰ ਮਤਲਬ ਕਿ ਸਾਡੇ ਨਾਲ ਆ ਜਾਂ ਕੰਮ ਕਰ ਜਾਂਦਾ ਜੇ ਇਹਨੂੰ ਫੜ ਕੇ ਆਪਾਂ ਹੁਣੇ ਤੁਹਾਡੇ ਸਾਹਮਣੇ ਮੈਂ ਖਿੱਚੂੰਗਾ ਤੇ ਇਹਨੇ ਰੋਣਾ ਵੇਖ ਲਿਓ ਹੁਣ ਕਿਤੇ ਚਲੋ ਅੰਦਰ ਚਲੋ ਚਲ ਮੈਨੂੰ ਕਹਿ ਰਿਹਾ ਵੀ ਤੂੰ ਅੰਦਰ ਚੱਲੇ ਨਹੀਂ ਜਾਂਦਾ ਤੁਹਾਡੇ ਸਾਹਮਣੇ ਵੇਖ ਲਓ ਉਹ ਵੇਖ ਲਓ ਕਿੱਥੇ ਨਾੜ ਵੇਖੋ ਕਿੱਥੇ ਲਾਉਣ ਡਿਆ ਉਹ ਦੇਖੋ ਤੁਸੀਂ ਦੇਖ ਸਕਦੇ ਇਹਨੂੰ ਪ੍ਰੋਪਰ ਇਹਨੂੰ ਸਾਰੀ ਜਾਣਕਾਰੀ ਹੈ ਨਾ ਕਿਹੜਾ ਕੰਮ ਕਿੱਦਾਂ ਕਰਨਾ ਨੱਟ ਕਿੱਦਾਂ ਕੱਸਣਾ ਹੈ ਨਾ ਅੱਛਾ ਸਕੂਲ ਇਹਦੀ ਗੇਮ ਫੇਵਰੇਟ ਹੋਣੀ ਹੈ ਇਹ ਆਪਣੇ ਆਪ ਮਤਲਬ ਖੇਡਣਾ ਇਹਨੂੰ ਇੱਦਾਂ ਹੀ ਪਸੰਦ ਗੇਮ ਇਹਦੀ ਇਹੋ ਹੀ ਹੈ ਜੀ ਬੁਲਟ ਦੇ ਨਾਲ ਪੰਗੇ ਲੈਣੇ ਕੋਈ ਨੜ ਬੁਲਟ ਖੋਲਤਾ ਕੋਈ ਟਾਇਰ ਵੀਲ ਘੁਮਾਤਾ ਕੋਈ ਬੈਰਿੰਗ ਠੋਕਦਾ ਇਹੋ ਗੇਮ ਹੈ ਜੀ ਇਹਦੀ ਜਿੱਦਾਂ ਬਾਕੀ ਨਿਆਣੇ ਖੇਡਦੇ ਹੋਣਗੇ ਹੋਰ ਗੇਮਾਂ ਨਹੀਂ ਖੇਡਦਾ ਨਹੀਂ ਨਹੀਂ ਹੋਰ ਨਹੀਂ ਮੋਬਾਈਲ ਹੀ ਨਹੀਂ ਫੜਨਾ ਇਹਨੇ ਮੋਬਾਈਲ ਫੜਾਓ ਇਹਨੇ ਫੜਨਾ ਇੰਟਰਸਟ ਹੀ ਨਹੀਂ ਇਹਦਾ ਹੈਗਾ ਫੋਨ ਤੋਂ ਦੂਰ ਆ ਜੀ ਇਹ ਫੋਨ ਤੋਂ ਦੂਰ ਆ ਅਤੇ ਕੰਮ ਦੇ ਨੇੜੇ ਆ ਅਤੇ ਬਸ ਬਾਕੀ ਤੁਹਾਡੇ ਸਾਹਮਣੇ ਆ ਕੀ ਕਰਨ ਡਿਆ ਸਵੇਰ ਦਾ ਕੰਮ ਹੀ ਕਰਨ ਡਿਆ ਹੁਣ ਮੈਰੀ ਤੋਂ ਆਏ ਅਸੀਂ ਅਤੇ ਉੱਥੇ ਵੀ ਇਹ ਬਹੁਤ ਸ਼ਤਾਨੀਆਂ ਕਰਦਾ ਰਿਹਾ ਬਾਕੀ ਇਹਨਾਂ ਨੂੰ ਪੁੱਛ ਲਓ ਇਹਦੇ ਮਤਲਬ ਕਿ ਮਾਮਾ ਜੀ ਦਾ ਮੈਰਿਜ ਸੀ ਇਹਦੇ ਪਠਾਨਕੋਟ ਗਏ ਸੀ ਹੁਣ ਬੜੇ ਪੰਗੇ ਕੀਤੇ ਉੱਥੇ ਬੜੇ ਨਿਆਣਿਆਂ ਨੂੰ ਥੋੜ੍ਹਾ ਜਿਹਾ ਧੱਕਾ ਲਾਉਂਦਾ ਉਹ ਨਿਆਣਾ ਡਿੱਗ ਪੈਂਦਾ ਵਾ ਕਿਉਂਕਿ ਭਾਰਾ ਪੂਰਾ ਉੱਤੇ ਚੜ੍ਹ ਜਾਂਦਾ ਅਗਲਾ ਬੜੇ ਇਹਨੇ ਲਾਮੇ ਦਵਾਏ ਉੱਥੋਂ ਵੀ ਇਹਨੂੰ ਸਮਝਾਓ ਇਹ ਸਾਰੇ ਨਿਆਣੇ ਰਵਾਈ ਜਾਂਦਾ ਵਾ ਅਸੀਂ ਤਾਂ ਅੱਜ ਆਏ ਹਾਂ ਅਤੇ ਉਹਨਾਂ ਨੂੰ ਵੀ ਸਾਹ ਆਉਣਾ ਵੀ ਚੱਲ ਗਿਆ ਸ਼ੁਕਰ ਇਹ ਚੱਕਰ ਹੈ ਅੱਛਾ ਇਹ ਇਹਨੂੰ ਫਿਰ ਇਹ ਤਾਂ ਸਾਰਾ ਦਿਨ ਮਿੱਟੀ 'ਚ ਲਿਬੜਿਆ ਰਹਿੰਦਾ ਹੁੰਦਾ ਹੋਊਗਾ ਹੈ ਨਾ ਤੁਸੀਂ ਤਾਂ ਸਾਰਾ ਦਿਨ ਕੱਪੜਿਆਂ 'ਤੇ ਜ਼ੋਰ ਲੱਗਾ ਰਹਿੰਦਾ ਹੋਣਾ ਤਾਂ ਜਿਹੜੀ ਇਹ ਦੋ ਦੋ ਤਿੰਨ ਤਿੰਨ ਵਾਰੀ ਕੱਪੜੇ ਬਦਲੀ ਦੀ ਹੈ ਜਦੋਂ ਬਦਲ ਕੇ ਅੰਦਰ ਸਮਾਈਦਾ ਇਹ ਉੱਠ ਕੇ ਬਾਹਰ ਨੂੰ ਆ ਜਾਂਦਾ ਫਿਰ ਮਿੰਟੇ ਛੁਰਲੀ ਵਾਂਗੂ ਬਾਹਰ ਆਉਣਾ ਇਹਨੇ ਬੂਹਾ ਬੰਦ ਕਰੋ ਅਤੇ ਬੂਹੇ ਭੰਨਣ ਡਿਆ ਪੈਂਦਾ ਕਿ ਮੈਂ ਬਾਹਰ ਹੀ ਜਾਣਾ ਅਤੇ ਮੁੰਡਿਆਂ ਨੇ ਆਵਾਜ਼ਾਂ ਲਗਾਊਗਾ ਅਤੇ ਇਹਨੇ ਬਿਲਕੁਲ ਨਹੀਂ ਅੰਦਰ ਪੈਣਾ ਇਹਨੇ ਬਾਹਰ ਨੂੰ ਖਾਣਾ ਵੀ ਨਹੀਂ ਖਾਂਦਾ ਦੁੱਧ ਵੀ ਨਹੀਂ ਪੀਣਾ ਬਸ ਕੰਮ 'ਚ ਇੰਟਰਸਟ ਹੈ ਸ਼ਰਾਰਤਾਂ ਕਰਦਾ ਬਹੁਤ ਜ਼ਿਆਦੀਆਂ ਘਰੇ ਕੀ ਸ਼ਰਾਰਤਾਂ ਕਰਦਾ ਸਾਰਿਆਂ ਨੂੰ ਕੁੱਟਦਾ ਫੜ ਕੇ ਸਾਰਿਆਂ ਨੂੰ ਬੱਚੇ ਵੀ ਸਭ ਨੂੰ ਉਦਾਂ ਵੱਡਿਆਂ ਨੂੰ ਵੀ ਕੁੱਟਦਾ ਹਾਂਜੀ ਵੱਡਿਆਂ ਨੂੰ ਵੀ ਬੱਚਿਆਂ ਨੂੰ ਵੀ ਅੱਛਾ ਹੁਣ ਜਿੱਦਾਂ ਆਪਾਂ ਦੇਖ ਰਹੇ ਸੀਗੇ ਇਹਨੂੰ ਤੁਸੀਂ ਲੈ ਕੇ ਜਾਣਦੇ ਅਤੇ ਲੜਨ ਲੱਗ ਗਿਆ ਰੋਣ ਲੱਗ ਗਿਆ ਹੈ ਅਤੇ ਉੱਦਾਂ ਨੋਰਮਲੀ ਵੀ ਐਵੇਂ ਹੀ ਕਰਦਾ ਆ ਨਹੀਂ ਨੋਰਮਲੀ ਹੋਰ ਕਿਸੇ ਕੰਮ ਤੋਂ ਨਹੀਂ ਇਹਨੇ ਕਰਨਾ ਇਹਨੇ ਇੱਥੋਂ ਜਦੋਂ ਆਪਾਂ ਲੈ ਕੇ ਜਾਣਾ ਉਦੋਂ ਹੀ ਕਰਨਾ ਇਹਨੇ ਇੱਥੋਂ ਨਹੀਂ ਖੜਨਾ ਜੇ ਇਹਦੇ ਕੋਲ ਮੈਂ ਚਾਬੀ ਪੇਚਕਸ ਵੀ ਫੜੂੰਗਾ ਨਾ ਵੀ ਦੇ ਦੇ ਮੈਨੂੰ ਇਹਨੇ ਨਹੀਂ ਦੇਣਾ ਇਹਨੇ ਜਾਂ ਤਾਂ ਮੇਰੇ ਮਾਰ ਦੇਣਾ ਵੀ ਮੇਰੇ ਕੋਲ ਕਿਉਂ ਫੜਨ ਡੇ ਜੇ ਮੈਨੂੰ ਇਹ ਮਤਲਬ ਆਪਣੇ ਹਿਸਾਬ ਕਿਤਾਬ ਲੱਗਾ ਏ ਆਪਾਂ ਨੂੰ ਡੱਕ ਨਹੀਂ ਸਕਦੇ ਕੋਈ ਇੱਦਾਂ ਦੀ ਗੱਲ ਹੋਈ ਹੋਵੇ ਜਿਹੜੀ ਤੁਸੀਂ ਆਪ ਦੇਖ ਕੇ ਹੈਰਾਨ ਹੋ ਗਏ ਹੋਵੋਗੇ ਕਿ ਇਹ ਛੋਟਾ ਕਾਫੀ ਹੈ ਤੇ ਇਹਨੇ ਆਹ ਕੰਮ ਕਰਤਾ ਇਦਾਂ ਦਾ ਚੱਕਰ ਇਹ ਆ ਵੀ ਆਪਾਂ ਬੁਲਟ ਸਾਰਾ ਏ ਟੂ ਜ਼ੈਡ ਖੋਲ ਕੇ ਭੇਜ ਦੇਈਦਾ ਪੇਂਟ ਪੇਂਟ ਵਾਲੇ ਪੇਂਟ ਤੇ ਚਲ ਜਾਂਦੇ ਆ ਪਾਰਟਸ ਤੇ ਜਿਹੜੇ ਨਟ ਬੁਲਟ ਹੁੰਦੇ ਉਹ ਨਿਕਲ ਜਿੰਕ ਤੇ ਚਲ ਜਾਂਦੇ ਉਹ ਇੱਕ ਦਿਨ ਕੀ ਹੋਇਆ ਵੀ ਆਪਾਂ ਬੁਲਟ ਲੈ ਕੇ ਸਾਰਾ ਖਿਲਾ ਰਿਹਾ ਥੱਲੇ ਮਤਲਬ ਕਿ ਪੇਪਰ ਵਿਛਾ ਕੇ ਉੱਪਰ ਸਾਰੇ ਨਟ ਬੁਲਟ ਵੱਖਰੇ ਵੱਖਰੇ ਤਰੀਕੇ ਨਾਲ ਰੱਖਣ ਡੇ ਆਪਾਂ ਤੇ ਚੈਸ ਵੀ ਨਾਲ ਰੱਖਦੀ ਆ ਤੇ ਆਪਾਂ ਜਦੋਂ ਨਟ ਬੁਲਟ ਘੱਟੋ ਘੱਟ 150-200 ਨਟ ਬੁਲਟ ਤੋਂ ਜ਼ਿਆਦਾ ਹੀ ਹੋ ਜਾਂਦੇ ਆ ਉਹ ਜਦੋਂ ਖਿਲਾ ਰਿਹਾ ਤਾਂ ਉਹਦੇ ਵਿੱਚੋਂ ਇੱਕ ਹੁੰਦਾ ਵਾ ਮਤਲਬ ਕਿ ਉਹ ਇਹਨੇ ਪੁਰਜਾ ਆਪਣੇ ਆਪ ਫੜ ਲਿਆ ਵਾ ਉਹ ਕੱਪ ਸੈੱਟ ਹੁੰਦਾ ਹੈਂਡਲ ਕੱਪ ਗੋਲੀਆਂ ਅਤੇ ਉਹ ਆਉਂਦਾ ਪਾਪਾ ਇੱਥੇ ਠੁਕਣਾ ਇੱਥੇ ਲਾਉਣਾ ਇਹਨੇ ਅਤੇ ਆਪਣੇ ਆਪ ਮੈਂ ਹੈਰਾਨ ਆ ਵੀ ਵਾਕਿਆ ਯਾਰ ਇਹਨੂੰ ਮੈਂ ਦੱਸਿਆ ਨਹੀਂ ਵੀ ਆਹ ਕੱਪ ਇੱਥੇ ਲੱਗਣਾ ਉੱਦਾਂ ਫੜ ਕੇ ਥੋੜ੍ਹੀ ਨਾ ਉਹ ਕੱਪ ਠੋਕਦਾ ਇਹਨੇ ਹਾਂਜੀ ਹਾਂਜੀ ਇੱਦਾਂ ਮਤਲਬ ਕਿ ਉਹਦੇ ਦਿਮਾਗ ਦੇ ਵਿੱਚ ਚੀਜ਼ ਫਿੱਟ ਬਹਿ ਜਾਂਦੀ ਹੈ ਬਾਕੀ ਤਰਖਾਣਾ ਆਪਣੇ ਆਪ ਨੂੰ ਪਤਾ ਲੱਗ ਜਾਂਦਾ ਵੀ ਕਿਹੜੀ ਚੀਜ਼ ਕਿੱਥੇ ਲੱਗਣੀ ਹਾਂਜੀ ਹਾਂਜੀ ਇਹ ਤਕਰੀਬਨ ਜ਼ਿਆਦਾ ਵੇਖਦਾ ਰਹਿੰਦਾ ਵਾ ਤਾਂ ਉਹਨੂੰ ਪਤਾ ਲੱਗ ਜਾਣਾ ਵੀ ਆਹ ਚੀਜ਼ ਇੱਥੇ ਲੱਗਣੀ ਹੈ ਇੱਦਾਂ ਕਰਕੇ ਫਿਰ ਮਨ ਖੁਸ਼ ਹੁੰਦਾ ਵੀ ਵਾਕਿਆ ਜਿਹੜੀ ਚੀਜ਼ ਦੱਸੀ ਵੀ ਨਹੀਂ ਆ ਤਾਂ ਉਹਦਾ ਵੀ ਉਹਨੂੰ ਪਤਾ ਲੱਗ ਗਿਆ ਵੀ ਆਹ ਚੀਜ਼ ਇੱਥੇ ਫਿੱਟ ਹੋਣੀ ਹੈ ਜਿੱਦਾਂ ਇਹ ਨਟ ਨੂੰ ਟਕਸਦਾ ਆ ਹੈ ਨਾ ਇਹ ਚੀਜ਼ਾਂ ਫਿਰ ਤੁਸੀਂ ਕਦੀ ਦੱਸੀਆਂ ਸੀ ਇਹਨਾਂ ਨੂੰ ਇੱਦਾਂ ਕੱਸਣਾ ਇਹਦਾ ਸਾਡੇ ਅਲਗੇ ਨਟ ਬੁਲਟ ਜਦੋਂ ਅਸੀਂ ਖੋਲ੍ਹਣਾ ਵਾ ਉੱਦਾਂ ਫਿਰ ਇਹਨੇ ਸਾਈਡ 'ਤੇ ਜਾ ਕੇ ਲੱਗੇ ਰਹਿਣਾ ਥੋੜ੍ਹੀ ਨਾ ਸੱਟਾਂ ਮਾਰੀ ਜਾਣੀਆਂ ਨਟ ਖੋਲ੍ਹ ਦੇਣਾ ਕਈ ਨਟ ਜ਼ਿਆਦਾ ਟਾਇਟ ਹੁੰਦੇ ਨਹੀਂ ਖੋਲ੍ਹਦੇ ਉਹ ਦੇਖੋ ਉਹ ਕਿੱਧਰ ਨੂੰ ਗਿਆ ਹੁਣ ਉਹ ਇੱਦਾਂ ਕਰਦਾ ਹੋਵੇ ਤਾਂ ਦਾਦੂ ਨਾਲ ਲੜਨ ਡਿਆ ਵਾ ਵੀ ਇਹ ਮੈਨੂੰ ਆਪੇ ਕੰਮ ਕਰਨ ਦਿਓ ਕਿਉਂਕਿ ਆਪਾਂ ਤਾਂ ਡੱਕਣਾ ਵੀ ਜਿਹੜਾ ਕੰਮ ਗਲਤ ਹੋ ਰਿਹਾ ਵੀ ਇੱਦਾਂ ਨਹੀਂ ਕਰਨਾ ਫਿਰ ਇਹ ਆਪਣੀ ਮਰਜ਼ੀ ਨਾਲ ਲੱਗਾ ਰਹਿੰਦਾ ਹਰੇ ਜਿਹੜਾ ਕਰਨਾ ਕਰਨਾ ਹੀ ਕਰਨਾ ਹਾਂਜੀ ਅੜਬ ਬੜਾ ਹੈ ਨਾ ਬਹੁਤ ਜ਼ਿਆਦਾ ਇੱਥੇ ਤਾਂ ਬੋਲਦਾ ਨਹੀਂ ਉਹਦਾ ਬੋਲਦਾ ਘਰੇ ਹਾਂਜੀ ਬਹੁਤ ਬੋਲਦਾ ਬਹੁਤ ਲੜਦਾ ਬਹੁਤ ਬੋਲਦਾ ਬਾਹਰ ਬਿਲਕੁਲ ਕੋਈ ਗਾਹਕ ਆ ਜਾਂਦਾ ਜਦੋਂ ਇਹਨੂੰ ਬੁਲਾਊਗਾ ਨੇ ਫਿਰ ਨਹੀਂ ਬੋਲਣਾ ਬਿਲਕੁਲ ਸ਼ਾਂਤ ਹੋ ਜਾਂਦਾ ਅਤੇ ਕਾ
ਮੁੰਡਿਆਂ ਨੂੰ ਗਾਲਾਂ ਕੱਢੂਗਾ ਕੁੱਟੂਗਾ ਮਾਰੂਗਾ ਕਿ ਨਹੀਂ ਮੈਂ ਨਹੀਂ ਜਾਣਾ ਅੰਦਰ ਭੁੱਖ ਭੁੱਖ ਲੱਗਦੀ ਕਿ ਸਾਰਾ ਕੰਮ ਇੱਦਾਂ ਹੀ ਨਿਕਲ ਜਾਂਦਾ ਇੱਦਾਂ ਹੀ ਸਾਰੀ ਦਿਹਾੜੀ ਦੁਕਾਨ ਤੇ ਹੀ ਬਸ ਸ਼ੋਪ ਦੇ ਹੀ ਨਾਂ ਕੀ ਹੈ ਤੇਰਾ ਮਨਕੀਰਤ ਸਿੰਘ ਕਲਸੀ ਹੈਨਾ ਕਲਸੀ ਹੈ ਤੂੰ ਉਹ ਤਰਖਾਣਾ ਦਾ ਮੁੰਡਾ ਆ ਤਰਖਾਣਾ ਦਾ ਮੁੰਡਾ ਤੇ ਖੂਨ ਚ ਤਰਖਾਣਾ ਦੇ ਤੁਹਾਨੂੰ ਪਤਾ ਵੀ ਕਾਣੇ ਹੋ ਜੇ ਹੁੰਦੇ ਵੀ ਇਹਨਾਂ ਨੂੰ ਦੱਸਣ ਦੀ ਲੋੜ ਨਹੀਂ ਹੁੰਦੀ ਹੈ ਆਪਣੇ ਆਪ ਵੀ ਇਹਨਾਂ ਨੇ ਥੋੜੀ ਪਾਨਾ ਪੇਜ ਕਸ ਲੈ ਕੇ ਜੇ ਬਰਫੀ ਖਾਦੀ ਦੱਸ ਅੱਛਾ ਤੁਸੀਂ ਕਹਿੰਦੇ ਗਾਲਾਂ ਬਹੁਤ ਕੱਢਦੇ ਗਾਲਾਂ ਮੈਡਮ ਫਿਰ ਪਤਾ ਕੀ ਇੱਥੇ ਮੁੰਡੇ ਜਦੋਂ ਫਿਰ ਆਪਸ ਚ ਇੱਕ ਦੂਜੇ ਨਾਲ ਲੱਗੇ ਰਹਿੰਦੇ ਨਾ ਉਹ ਵੇਖ ਕੇ ਸੁਣਦਾ ਵਾ ਫਿਰ ਡੱਕੀ ਦਾ ਫਿਰ ਸਮਝ ਵੀ ਜਾਂਦਾ ਵਾ ਇਹਨੇ ਗਾਲ ਉਦੋਂ ਕੱਢਣੀ ਜਦੋਂ ਇਹਨੂੰ ਆਪਾਂ ਛੇੜਦੇ ਹਾਂ ਉੱਦਾਂ ਨਹੀਂ ਕਿ ਵੀ ਗਾਲਾਂ ਕੱਢੀ ਜਾਊਗਾ ਇਹਨੂੰ ਆਪਾਂ ਛੇੜਦੇ ਹਾਂ ਇਹਨੂੰ ਸ਼ਤਾਨੀ ਕਰੀਆਂ ਚੂੰਡੀ ਮੁੰਡੇ ਵੱਢ ਦੇਣ ਇਹਨੇ ਗਾਲ ਕੱਢ ਦੇਣੀ ਜਾਂ ਸੰਦ ਮਾਰ ਦੇਣਾ ਉਹਦੇ ਆਹ ਵੇਖੋ ਕੀ ਕਰਨ ਉਹ ਤੇ ਗੱਲ ਤੇ ਕਰ ਮੈਡਮ ਚੱਲ ਜਾ ਕਰ ਕੰਮ ਜਾ ਕੰਮ ਕਰ ਦਾਦੂ ਕੋ ਜਾ ਹੁਣ ਵੀ ਅਸੀਂ ਦੇਖੇ ਉੱਥੇ ਬੈਠੇ ਹੀ ਜਾਂਦੇ ਜਾਂਦੇ ਗਾਲ ਕੱਢ ਗਏ ਆਹੋ ਤੇ ਉਹ ਕੱਢਣ ਡਿਆ ਸੀ ਤੁਹਾਡੇ ਸਾਹਮਣੇ ਬਾਕੀ ਇਹ ਸਕੂਲੇ ਜਾਊਗਾ ਆਪਣੇ ਆਪ ਸਹੀ ਹੋ ਜੂਗਾ ਬਾਕੀ ਕਈ ਬਹੁਤ ਇਹ ਵੀ ਕਹਿ ਦਿੰਦੇ ਆ ਵੀ ਇਹਦੀਆਂ ਵੀਡੀਓ ਕਿਉਂ ਬਣਾਉਂਦੇ ਤੁਸੀਂ ਇਦਾਂ ਕਈ ਲੋਕ ਨਹੀਂ ਜਰਦੇ ਤੁਹਾਨੂੰ ਪਤਾ ਮੈਡਮ ਨੈਗੇਟਿਵ ਕਰੋ ਹੁਣ ਕਈ ਕਹਿੰਦੇ ਵੀ ਇਹਨੂੰ ਕੰਮ ਨਾ ਸਿਖਾਓ ਸਕੂਲੇ ਭੇਜੋ ਹੁਣ ਤੁਹਾਡੇ ਸਾਹਮਣੇ ਉੱਠਣ ਦੀ ਡਿਆ ਰੋਈ ਜਾਂਦਾ ਹੁਣ ਕੀ ਕਰੀਏ ਬੱਚੇ ਨੂੰ ਕੀ ਕਹੀਏ ਕੁੱਟਣਾ ਥੋੜ੍ਹੀ ਬੱਚੇ ਨੂੰ ਹੁਣ ਸਾਡਾ ਬੱਚਾ ਸਾਨੂੰ ਪਤਾ ਵੀ ਜ਼ਿੰਦਗੀ ਕਿੱਦਾਂ ਬਣਾਉਣੀ ਕਿਸੇ ਨੂੰ ਨਹੀਂ ਪਤਾ ਫਿਰ ਜਿਹੜੇ ਗਲਤ ਕਮੈਂਟ ਕਰਦੇ ਉਹ ਵਿਹਲੇ ਹੁੰਦੇ ਜਿਹੜੇ ਗਲਤ ਕਮੈਂਟ ਕਰਦੇ ਕਈ ਇਹ ਵੀ ਕਹਿੰਦੇ ਹੋਣਗੇ ਕਿ ਬੱਚੇ ਦਾ ਇੰਟਰਸਟ ਸੋਸ਼ਲ ਮੀਡੀਆ ਵਾਲੇ ਲਾਤਾ ਇਹਨੂੰ ਪਤਾ ਵੀ ਵੀਡੀਓਜ਼ ਪੈਂਦੀਆਂ ਇਹਦਾ ਧਿਆਨ ਹੈਗਾ ਉਸ ਚੀਜ਼ ਵੱਲ ਇਹਨੂੰ ਜੇ ਪਤਾ ਹੋਵੇ ਤਾਂ ਫਿਰ ਆਉਣਾ ਫਿਰ ਕਹਿਣ ਲੋਕ ਇਹ ਤਾਂ ਨਿਆਣਾ ਇਹਨੂੰ ਕੋਈ ਪਤਾ ਹੀ ਕੁਝ ਨਹੀਂ ਕਿ ਹੋਣ ਡਿਆ ਕੀ ਨਹੀਂ ਹੋਣ ਡਿਆ ਬਾਕੀ ਅਸੀਂ ਮਤਲਬ ਕਿ ਸਾਡਾ ਬੱਚਾ ਅਸੀਂ ਆਪਣੇ ਬੱਚੇ ਦੀ ਲਾਈਫ ਆਪ ਬਣਾਉਣੀ ਵੀ ਕਿੱਦਾਂ ਬਣਾਉਣੀ ਆ ਅਸੀਂ ਪੜ੍ਹ ਕੇ ਸਾਨੂੰ ਨੌਕਰੀਆਂ ਨਹੀਂ ਮਿਲੀਆਂ ਅਤੇ ਮੈਂ ਕਹਿੰਦਾ ਵੀ ਪਲੱਸ ਟੂ ਤੋਂ ਬਾਅਦ ਵੀ ਨਹੀਂ ਕੋਈ ਤੁਹਾਨੂੰ ਹੈਗਾ ਵੀ ਨੌਕਰੀ ਮਿਲੂਗੀ ਦੱਸੋ ਹੈਗਾ ਕੋਈ ਨਹੀਂ ਨਾ ਕੋਈ ਅਤੇ ਸਾਨੂੰ ਪਤਾ ਵੀ ਅਸੀਂ 5 ਸਾਲ ਵੀ ਇਹਦੇ ਠੋਕੇ ਲਵਾ ਤੇ ਅਮੈਰੀਕਾ ਕਨੇਡਾ ਇੱਥੇ ਬਣਾ ਦੇਣਾ ਅਸੀਂ ਇਹਦਾ ਅਤੇ ਫਿਰ ਲੋੜ ਕੀ ਆ ਪੜ੍ਹਨ ਦੀ ਜਦੋਂ ਨੌਕਰੀ ਨਹੀਂ ਸਰਕਾਰ ਨੇ ਦੇਣੀ ਤਾਂ ਅਸੀਂ ਇਸੇ ਕਰਕੇ ਬੱਚੇ ਨੂੰ ਆਪਣੇ ਨੂੰ ਇਸੇ ਲਾਈਨ ਵੱਲ ਲਾਇਆ ਵਾ ਲੱਗਾ ਆ ਵੀ ਆ ਚਲੋ ਵਧੀਆ ਲੱਗ ਗਿਆ ਸਾਡੇ ਘਰ 'ਚ ਹੋਰ ਵੀ ਬੱਚੇ ਹੈਗੇ ਆ ਇਹ ਉਹਨਾਂ ਨਾਲੋਂ ਤੇਜ਼ ਆ ਬਹੁਤ ਜ਼ਿਆਦਾ ਤੇਜ਼ ਦੇ ਹਿਸਾਬ ਨਾਲ ਜਿਹਦੇ ਸੀਗੇ 3 ਕੁ ਸਾਲ ਦਾ ਹੈਗਾ ਬਹੁਤ ਚੀਜ਼ਾਂ ਇਹਨੂੰ ਨੌਲੇਜ ਹੈਗੀਆਂ ਨੇ ਉਹਨਾਂ ਦੇ ਨਾਲੋਂ ਕਿੰਨਾ ਕੁ ਇਹਦੇ ਵਿੱਚ ਮਤਲਬ ਫੁਰਤੀਲਾ ਕਿੰਨਾ ਕੁ ਕਿੰਨੀ ਕੁ ਸਮਝ ਆ ਨਹੀਂ ਫੁਰਤੀਲਾ ਤਾਂ ਬਹੁਤ ਜ਼ਿਆਦਾ ਇਹ ਸਿਸਟਰ ਹੈ ਉਹ ਚੁੱਪ ਚੁੱਪ ਰਹਿੰਦੀ ਹੈ ਇਹ ਬਹੁਤ ਤੇਜ਼ ਆ ਬਹੁਤ ਫੁਰਤੀਲਾ ਇਹ ਉਹ ਤੋਂ ਛੋਟਾ ਹਾਂਜੀ ਛੋਟਾ ਫੁੱਟ ਦਿੰਦਾ ਹੋਣਾ ਹਾਂਜੀ ਇਹ ਧੱਕਾ ਮਾਰਨਾ ਵਾ ਜੇ ਆਪਾਂ ਬੈਠੇ ਹਾਂ ਨਾ ਐਂ ਕਰਕੇ ਪੈਰਾਂ ਭਰ ਬੈਠੇ ਨੇ ਇੱਥੋਂ ਫੜ ਕੇ ਧੱਕਾ ਪਛਾਣ ਨੂੰ ਮਾਰਨਾ ਤਾਂ ਆਪਾਂ ਡਿੱਗ ਪੈਣਾ ਇਹ ਵੇਖ ਲਓ ਵੀ ਇੱਦਾਂ ਇੱਦਾਂ ਦੀਆਂ ਸ਼ਟਾਨੀਆਂ ਕਰ ਦਿੰਦਾ ਇਹ ਹੱਸੇ ਹੱਸੇ ਮੁੜ ਕੇ ਹੱਸਣ ਲੱਗ ਪੈਣਾ ਇਹਨੇ ਵੀ ਮੈਂ ਸੁੱਟਤਾ ਇਹ ਤੁਹਾਨੂੰ ਇਹ ਖਾਣ ਪੀਣ ਦੀ ਸੁੱਧ ਬੁੱਧ ਰਹਿੰਦੀ ਬੱਚੇ ਮਾਂ ਦੇ ਕੋਲ ਜਾਂਦੇ ਹੁੰਦੇ ਜਦੋਂ ਖਾਣਾ ਪੀਣਾ ਹੁੰਦਾ ਅਤੇ ਇਹਨੂੰ ਸਾਰੇ ਦਿਨ 'ਚ ਪਤਾ ਲੱਗਦਾ ਵੀ ਮੈਂ ਕੁਛ ਖਾਣਾ ਵੀ ਹੈ ਜਾਂ ਇੱਦਾਂ ਖਾਣ ਦਾ ਕੋਈ ਨਹੀਂ ਹੈਗਾ ਬਸ ਕੰਮ ਦਾ ਹੀ ਸ਼ੌਂਕ ਹੈ ਕਿ ਬਸ ਮੈਂ ਪਾਪਾ ਨਾਲ ਕੰਮ ਹੀ ਕਰੀ ਜਾਵਾਂ ਖੁਦ ਕਹਾਂਗੇ ਕਿ ਮਨ ਕੀ ਦੁੱਧ ਪੀ ਲੈ ਫਿਰ ਬੋਤਲ ਫੜ ਲੂਗਾ ਨਹੀਂ ਤਾਂ ਇਹਨੇ ਇੱਦਾਂ ਨਹੀਂ ਇੱਦਾਂ ਸ਼ੌਪ 'ਤੇ ਹੀ ਬਸ ਅੱਛਾ ਫਿਰ ਪੜ੍ਹਨ 'ਚ ਉੱਦਾਂ ਹੁਸ਼ਿਆਰ ਹੈ ਹਜੇ ਮੈਂ ਐਡਮਿਸ਼ਨ ਕਰਵਾਈ ਹੈ ਅਤੇ ਹੁਣ ਭੇਜਾਂਗੇ ਇਹਨੂੰ ਹਾਂਜੀ ਉਹ ਜਾਣਾ ਸ਼ੁਰੂ ਕੀਤਾ ਸਕੂਲ ਦਾ ਨਾਂ ਲੈਂਦੇ ਹਾਂ ਤਾਂ ਰੌਣ ਡਿਆ ਬੰਦਾ ਕਿ ਸ਼ੋਪ ਦਾ ਹੀ ਕੰਮ ਕਰਨਾ ਮੈਂ ਸਕੂਲ ਦੇਖੋ ਕੀ ਕਰਦਾ ਕਿਤੇ ਡੈਕਸੀ ਨਾ ਖੋਲ੍ਹਦੇ ਉੱਥੇ ਜਾ ਕੇ ਚਾਬੀਆਂ ਪੇਜਕਸ ਬੈਗ ਦੇ ਵਿੱਚ ਪਾ ਕੇ ਲੈ ਜੇ ਅਤੇ ਉੱਥੇ ਜਾ ਕੇ ਕਿਤੇ ਗਲਤ ਨਾ ਕੰਮ ਕਰਦੇ ਸਾਨੂੰ ਤਾਂ ਇਹੋ ਰਹਿੰਦਾ ਵੀ ਮੈਡਮਾਂ ਦੇ ਕਿਤੇ ਡੈਕਸ ਨਾ ਖੋਲ੍ਹਦੇ ਮੈਡਮਾਂ ਕਹਿੰਦੇ ਵੀ ਇਹਨੂੰ ਲੈ ਜਾਓ ਘਰੇ ਕੀਤਾ ਕੁਛ ਘਰੇ ਕੁਛ ਖੋਲ੍ਹਿਆ ਘਰੇ ਫਰਿੱਜ ਖੋਲ੍ਹ ਦਿੰਦਾ ਵਾ ਫਰਿੱਜ 'ਚ ਵੜ ਜਾਂਦਾ ਸਾਰਾ ਸਮਾਨ ਕੱਢ ਕੇ ਬਾਹਰ ਜੇ ਕੋਈ ਨੜ ਲੱਗਾ ਤਾਂ ਪੇਜਕਸ ਨਾਲ ਕੱਸਣ ਲੱਗ ਪੈਂਦਾ ਤਾਂ ਖੋਲ੍ਹਣ ਲੱਗ ਫਰਿੱਜ ਦੇ ਸਾਰੇ ਕੰਮ ਕਰੀ ਜਾਊਗਾ ਜੇ ਇਹਨੂੰ ਪਤਾ ਵੀ ਚਾਹ ਡੁੱਲ ਗਈ ਆ ਇਹਨੇ ਲੀਰ ਮਾਰਨ ਲੱਗ ਪੈਣੀ ਉੱਤੇ ਅਤੇ ਜੇ ਪਤਾ ਵੀ ਥੱਲੇ ਤੱਕ ਚਾਹ ਗਈ ਇਹਨੇ ਲੰਮੇ ਪੈ ਜਾਣਾ ਇਹਦੀ ਉਹ ਵੀ ਵੀਡੀਓ ਹੈਗੀਆਂ ਲੰਮੇ ਪੈ ਕੇ ਗਾਂਹ ਤੱਕ ਇਹਨੇ ਮਾਰਨਾ ਸਫਾਈ ਕਰਨੀ ਇਹਦੀ ਧਿਆਨ ਇਹਦਾ ਸਾਰੇ ਬੰਦੇ ਹੁੰਦਾ ਵੀ ਗੰਦ ਨਹੀਂ ਪੈਣਾ ਚਾਹੀਦਾ ਅਤੇ ਅੱਜ ਕੱਲ੍ਹ ਤੁਹਾਨੂੰ ਬੱਚੇ ਰੋਣ ਤੋਂ ਲਵਾ ਕੰਮ ਹੀ ਨਹੀਂ ਹੈਗਾ ਕੋਈ ਬੱਚਿਆਂ ਨੂੰ ਸਿੱਧਾ ਸਾਈਕਲ ਸਾਈਕਲਾਂ ਕੀਤਾ ਇਹਨਾਂ ਨੇ ਉਹ ਵੀ ਖੋਲ੍ਹਿਆ ਇਹਨੇ ਉਹ ਵੀ ਮਕੈਨਿਕ ਹੀ ਕਰਦਾ ਪਿਆ ਉਹਦੀ ਵੀ ਖੋਲ੍ਹ ਕੇ ਚਾਬੀਆਂ ਪਾਣੀ ਪੇਜਕਸ ਲਿਆ ਗਿਆ ਉਹ ਵੀ ਖੋਲ੍ਹਦਾ ਪਿਆ ਇਹ ਖੋਲ੍ਹ ਕੇ ਪੂਰੀ ਮਕੈਨਿਕ ਹੀ ਕਰਨੀ ਹੈ ਕਿਹੜਾ ਪੇਜ ਕਿੱਥੇ ਲੱਗਣਾ ਫਿਰ ਉਹਨੂੰ ਉੱਦਾਂ ਹੀ ਜੋੜਦਾ ਮੈਨੂੰ ਲੱਗਦਾ ਜਿਹੜੀ ਚੀਜ਼ ਦੇਖਦਾ ਹੁੰਦਾ ਸੋਚਦਾ ਹੋਣਾ ਖੋਲ੍ਹ ਦੇਵਾਂ ਹਾਂ ਖੋਲ੍ਹਦਾ ਉਸੇ ਵੇਲੇ ਖੋਲ੍ਹਦਾ ਉਹਨੂੰ ਵੇਖ ਕੇ ਉਹ ਮੈਂ ਸ਼ਟਾਨੀਆਂ ਕਰਨ ਡਿਆ ਪੂਰੀਆਂ ਤੁਹਾਡੇ ਸਾਹਮਣੇ ਉਹ ਪੂਰਾ ਜ਼ੋਰ ਲੱਗਾ ਹੋਇਆ ਉਹਦਾ ਬੁਲਟ ਠੀਕ ਕਰਨ ਨੂੰ ਗਾਲ ਕੱਢੀ ਉਹਨੇ ਤੂੰ ਗਾਲਾਂ ਕਦੋਂ ਕੱਢਦਾ ਇੰਨੀਆਂ ਭੱਜਦਾ ਕਿਉਂ ਆ ਸੱਟ ਲੱਗ ਗਈ ਫੂਕ ਮਾਰ ਦੇ ਕੀ ਲੱਗਾ ਇਹ ਅੱਖ ਬਜਾ ਕੇ ਅਸੀਂ ਨਿਕਲਦੇ ਆ ਤਾਂ ਗਾਲ ਕੱਢ ਦਿੰਦਾ ਆ ਮਤਲਬ ਕਿ 1.5 ਸਾਲ ਪਹਿਲਾਂ ਛੋਟਾ ਸੀ ਅਤੇ ਆਪਾਂ ਬਾਜ਼ਾਰ ਦੇ ਵਿੱਚ ਚਲ ਗਏ ਹਾਂ ਅਤੇ ਉੱਥੇ ਇੱਕ ਅੰਕਲ ਮਿਲੇ ਸਾਨੂੰ ਉਹ ਮਤਲਬ ਕਿ ਰੋਗੇ ਆਉਂਦੇ ਵੀ ਹਾਏ ਐਡਾ ਸੋਹਣਾ ਬੱਚਾ ਉਹਨਾਂ ਦੇ ਮਗਰ ਕਾਫੀ ਟ੍ਰੈਫਿਕ ਜਾਮ ਹੋ ਗਈ ਮਗਰ ਮੋਟਰਸਾਈਕਲ ਗੱਡੀਆਂ ਹਾਰਨ ਵੱਜਣ ਲੱਗ ਪੈਣਾ
ਅਤੇ ਉਹ ਕਹਿੰਦੇ ਮੈਂ ਬੱਚੇ ਨੂੰ ਜੱਫੀ ਪਾ ਕੇ ਅਤੇ ਫਿਰ ਘਰ ਜਾਣਾ, ਉੱਦਾਂ ਜਾਣਾ ਨਹੀਂ। ਜਿਹੜੇ ਮਗਰ ਹਾਰਨ ਮਾਰਨੇ ਉਹਨਾਂ ਨੂੰ ਕਹਿੰਦਾ ਵੀ ਰੁਕ ਜਾਓ ਯਾਰ ਦੋ ਮਿੰਟ, ਮੈਨੂੰ ਬੱਚੇ ਨੂੰ ਮਿਲ ਲੈਣ ਦਿਓ, ਮੈਂ ਪਹਿਲੀ ਵਾਰੀ ਬੱਚਾ ਵੇਖਿਆ ਇਹੋ ਜਿਹਾ। ਵੀ ਇੱਦਾਂ ਦੇ ਚਾਂਸ ਹੁੰਦੇ ਰਹਿੰਦੇ ਜਿੱਥੇ ਵੀ ਚੱਲ ਜਾਂਦਾ ਮੈਡਮ। ਇਹ ਲੋਕ ਇੱਥੇ ਆਉਂਦੇ ਨੇ ਮਿਲਣ, ਕਿਉਂਕਿ ਸੋਸ਼ਲ ਮੀਡੀਆ 'ਤੇ ਕਾਫੀ ਵੀਡੀਓਜ਼ ਵਾਇਰਲ ਹੁੰਦੀ ਜੀ। ਬਹੁਤ ਬਹੁਤ ਦੂਰੋਂ ਲੋਕ ਆਉਂਦੇ ਨੇ, ਇਹਨੂੰ ਕੱਪੜੇ ਗਿਫਟ ਕਰਦੇ ਨੇ, ਕੋਈ ਚੋਕਲੇਟ, ਕੋਈ ਪੈਸੇ, ਬਹੁਤ ਮਤਲਬ ਕਿ ਲੋਕ ਖੁਸ਼ ਹੁੰਦੇ ਨੇ ਵੇਖ ਕੇ। ਹੁਣ ਗੱਲ ਕਰਦਾ ਨਹੀਂ, ਫਿਰ ਉਹਨਾਂ ਨਾਲ ਗੱਲ ਕਰ ਲੈਂਦਾ ਨਹੀਂ, ਉਹਨਾਂ ਸਾਹਮਣੇ ਵੀ ਚੁੱਕਦੇ ਆ, ਬੁਲਾਉਂਦੇ, ਬੋਲਦਾ ਹੀ ਨਹੀਂ ਆ, ਕਿਉਂਕਿ ਇਹਦੇ ਵਾਲ ਬਹੁਤ ਕਰਲੀ ਹੈ ਨਾ, ਸਾਰੇ ਇਹਨੂੰ ਵੇਖ ਕੇ ਬਹੁਤ ਖੁਸ਼ ਹੁੰਦੇ ਆ ਕਿ ਐਡਾ ਸੋਹਣਾ ਬੱਚਾ, ਮਤਲਬ ਕਿ ਐਂ ਅੰਗਰੇਜ਼ਾਂ ਵਾਂਗੂ ਲੱਗਦਾ। ਹਾਂ ਬਿਲਕੁਲ ਹੈਗਾ, ਗੋਲੂ ਮੋਲੂ ਜਿਹਾ ਨਾ, ਬਹੁਤ ਪਿਆਰ। ਸਾਨੂੰ ਨਹੀਂ ਪਤਾ ਵੀ ਇੱਥੋਂ ਤੱਕ ਪਹੁੰਚ ਜੂਗਾ, ਸਾਨੂੰ 1% ਵੀ ਨਹੀਂ ਪਤਾ, ਕਿਉਂਕਿ ਅਸੀਂ ਤਾਂ ਵੀਡੀਓ ਆਪਣੇ ਕੰਮ ਦੀਆਂ ਪਾਉਂਦੇ ਸੀ ਇੰਸਟਾਗ੍ਰਾਮ 'ਤੇ। ਫਿਰ ਜਦੋਂ ਕਈ ਕਸਟਮਰ ਵੇਂਦੇ ਵੀ ਇਹ ਵੀ ਵਿੱਚ ਬੱਚਾ ਵੀ ਹੈਗਾ, ਫਿਰ ਜ਼ਿਆਦਾ ਦੀ ਇਹੋ ਮੈਸੇਜ ਆਉਂਦੇ ਵੀ ਆਪਣੀ ਘੱਟ ਬਣਾਇਆ ਕਰੋ, ਇਹਦੀ ਜ਼ਿਆਦਾ ਵੀਡੀਓ ਬਣਾਉਂਦਾ ਕਰੋ। ਸਾਡਾ ਜਿਹੜੇ ਬਾਹਰ ਮੁੰਡੇ ਆ ਨਾ ਬਾਹਰ, ਉਹ ਆਉਂਦੇ ਸਾਡਾ ਇਹਨੂੰ ਵੇਖ ਕੇ ਟਾਈਮ ਪਾਸ ਹੋ ਜਾਂਦਾ, ਜਦੋਂ ਅਸੀਂ ਵਿਹਲੇ ਹੁੰਦੇ ਹਾਂ ਇਹਦੀਆਂ ਵੀਡੀਓ ਕੱਢ ਕੇ ਵੇਖ ਲੈਂਦੇ ਹਾਂ, ਸਾਡਾ ਬੜਾ ਵਧੀਆ ਮਨ ਟਾਈਮ ਪਾਸ ਅਤੇ ਮਨ ਖੁਸ਼ ਹੋ ਜਾਂਦਾ ਇਹਨੂੰ ਵੇਖ। ਅੱਛਾ, ਰੋਡ ਦੇ ਉੱਤੇ ਆ ਹੈ ਨਾ, ਜਿਨ੍ਹਾਂ ਨੇ ਪਹਿਲੀ ਵਾਰੀ ਸੋਸ਼ਲ ਮੀਡੀਆ 'ਤੇ ਨਹੀਂ ਦੇਖਦੇ, ਜਿਹੜੇ ਰੋਡ 'ਤੇ ਵੀ ਦੇਖ ਕੇ ਲੋਕ ਰੁਕਦੇ ਨੇ, ਰੋਡ 'ਤੇ ਕਾਫੀ ਹੁਣ ਤੁਹਾਡੇ ਸਾਹਮਣੇ ਇੱਥੇ ਮੋਟਰਸਾਈਕਲ ਵਾਲੇ ਲੋਕ ਰੁਕ ਪਏ ਵੀ ਵੀਡੀਓ ਬਣ ਰਹੀ ਜਾਂ ਬੱਚਾ ਉਹੀ ਆ, ਜਦੋਂ ਕਿਤੇ ਗੱਡੀ ਦੇ ਵਿੱਚ ਜਾਂ ਕੋਈ ਅੰਮ੍ਰਿਤਸਰ ਇਹਨੂੰ ਵੇਖ ਲਏ ਤਾਂ ਗੱਡੀ ਸਪੈਸ਼ਲ ਡੱਕ ਕੇ ਇਹਨੂੰ ਮਿਲ ਕੇ ਜਾਂਦੇ ਆ ਵੀ ਇਹਨੂੰ ਮਿਲਣਾ। ਲੋਕ ਗਏ ਆ ਉੱਥੇ ਵੀ, ਮੈਂ ਇਸ 'ਤੇ ਵੀ ਉੱਥੇ ਵੇਟਰ ਸੀ, ਉਹ ਵੀ ਕਹਿੰਦੇ ਵੀ ਹਾਈ ਇਹਦੇ ਬੱਚਾ ਉਹ ਹੀ ਆ ਜਿਹੜੇ ਅਸੀਂ ਇੰਸਟਾਗ੍ਰਾਮ 'ਤੇ ਵੇਖਦੇ ਹਾਂ, ਅਸੀਂ ਫੋਟੋ ਕਰਾਉਣੀ ਇਹਦੇ ਨਾਲ। ਬਹੁਤ ਮਤਲਬ ਕਿ ਮੈਰਿਜ 'ਤੇ ਵੀ ਲੋਕ ਵੇਖ ਕੇ ਬੜੇ ਖੁਸ਼ ਹੋਏ ਇਹਨੂੰ ਕਿ ਇਹਦੇ ਉਹ ਬੇਬੀ ਜਿਹੜਾ ਬੜਾ ਕੰਮ ਕਰਦਾ ਪਾਪਾ ਦੇ ਨਾਲ। ਵੀਰ ਜੀ ਕਦੀ ਸੋਚਿਆ ਸੀਗਾ ਕਿ ਇੱਥੇ ਤੱਕ ਪਹੁੰਚੋਗੇ ਜਾਂ ਬੱਚੇ ਨੂੰ ਇੰਨਾ ਇੰਨੇ ਲੋਕ ਪਿਆਰ ਕਰਨਗੇ? ਨਹੀਂ 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 ਮੈਡਮ, ਆਪਾਂ ਨਹੀਂ ਸੋਚਿਆ ਵੀ ਇਹੋ ਜਿਹੀਆਂ ਮਤਲਬ ਕਿ ਇਹਨੂੰ ਮਿਲਣ ਆਉਣਗੇ, ਆਪਾਂ ਕਦੀ ਸੋਚਿਆ ਨਹੀਂ ਕਿਉਂਕਿ ਆਪਣੇ ਨਾਲ ਤੱਕ ਹੋਇਆ ਹੀ ਨਹੀਂ ਇੱਦਾਂ। ਬਾਕੀ ਮਹਾਰਾਜ ਦੀ ਕਿਰਪਾ ਨਾਲ ਮਨ ਸਾਫ਼ ਹੈ ਸ਼ੁਰੂ ਤੋਂ, ਅਤੇ ਮਹਾਰਾਜ ਨੇ ਲੈਣਾ ਲਾਈਆਂ ਕੰਮ ਦੀਆਂ, ਕੋਈ ਇਹ ਨਹੀਂ ਵੀ ਆਪਾਂ ਵਿਹਲੇ ਬੈਠੇ ਹਾਂ। ਬਾਕੀ ਜਿਹੜੇ ਸੜਨ ਵਾਲੇ ਉਹ ਸੜੀ ਜਾਂਦੇ, ਜਿਹੜੇ ਮਾੜਾ ਕਹਿਣ ਵਾਲੇ ਉਹ ਚੰਗਾ ਕੰਮ ਕੀਤਾ ਵੀ ਹੋਇਆ ਤਾਂ ਵੀ ਤੁਹਾਨੂੰ ਪਤਾ ਲੋਕ ਕਹਿ ਦਿੰਦੇ ਵੀ ਸਹੀ ਨਹੀਂ ਹੋਇਆ। ਬਾਕੀ ਆਪਾਂ ਮਹਾਰਾਜ ਅੱਗੇ ਹੱਥ ਜੋੜੇ, ਮਹਾਰਾਜ ਸਾਰਿਆਂ ਨੂੰ ਇਹੋ ਜਿਹੇ ਬੱਚੇ ਦੇਵੇ ਵੀ ਲੋਕ ਵੀ ਖੁਸ਼ ਰਹਿਣ ਅਤੇ ਮਾਂ ਪਿਓ ਵੀ ਖੁਸ਼ ਰਹੇ। ਤੁਸੀਂ ਤਾਂ ਫਿਊਚਰ 'ਤੇ ਇਹਦੇ ਫਿਊਚਰ ਨੂੰ ਲੈ ਕੇ ਤਾਂ ਬੇਫਿਕਰ ਹੋਵੋਗੇ, ਇਹਦਾ ਤਾਂ ਆਪਦਾ ਕੰਮ ਮੈਨੂੰ ਲੱਗਦਾ ਇਹਨੇ 2-4 ਸਾਲਾਂ 'ਚ ਸਿੱਖ ਜਾਣਾ। ਮੈਂ ਤੁਹਾਨੂੰ ਇਹੋ ਕਹਿਣ ਡਿਆ ਵੀ ਚਲੋ ਆਪਾਂ ਪਲੱਸ 2 ਵੀ ਕਰਦੇ ਹਾਂ ਜਾਂ ਡਿਗਰੀ ਡਿਪਲੋਮਾ, ਮੈਂ ਵੀ ਡਿਪਲੋਮਾ ਕੀਤਾ ਇਲੈਕਟ੍ਰੋਨਿਕ ਇੰਜੀਨੀਅਰਿੰਗ ਦਾ ਅਤੇ ਨਹੀਂ ਨੌਕਰੀ ਮਿਲੀ, ਅਤੇ ਫਿਰ ਜਦੋਂ ਸਾਨੂੰ ਪਤਾ ਵੀ ਇਹੋ ਕੰਮ ਆਉਣਾ, ਫਿਰ ਆਪਾਂ ਇਹੋ ਕੰਮ ਆਪਣਾ ਸਟੈਂਡ ਕੀਤਾ। ਹੁਣ ਅਗਾਂਹ ਬੱਚਿਆਂ ਦਾ ਵੀ ਇਹੋ ਹੀ, ਅੱਜ ਕੱਲ੍ਹ ਨੌਕਰੀਆਂ ਮਿਲ ਨਹੀਂ ਡੀਆਂ ਮੈਡਮ, ਡਿਗਰੀਆਂ ਲੋਕ ਮੁੰਡੇ ਡਿਗਰੀਆਂ ਡਿਪਲੋਮੇ ਲੈ ਘੁੰਮਣ ਡੇ ਵਿਚਾਰੇ, ਅਤੇ ਉਹ ਜਦੋਂ ਨੌਕਰੀ ਨਹੀਂ ਮਿਲਦੀ ਤਾਂ ਫਿਰ ਬੰਦੇ ਦਾ ਧਿਆਨ ਦੂਜੇ ਬੰਨੇ ਹੀ ਜਾਣਾ ਵੀ ਗਲਤ ਕੰਮ, ਕੋਈ ਚੋਰੀ, ਕੋਈ ਠੱਗੀ, ਇੰਨੇ ਇੰਨੇ ਲੋਕ ਪੜ੍ਹ ਲਿਖ ਕੇ ਵੀ ਉਹਨਾਂ ਨੂੰ ਨੌਕਰੀਆਂ ਨਹੀਂ ਮਿਲਣੀਆਂ। ਸਾਨੂੰ ਇਹ ਆ ਵੀ ਚਲੋ ਅੱਜ ਇਹ ਕੰਮ ਕਰਨ ਡਿਆ, ਆਉਣ ਵਾਲੇ 4-5 ਸਾਲ ਦੇ ਵਿੱਚ ਆਪਣਾ ਕੰਮ ਕਰਨ ਵਾਲਾ ਹੋ ਜੂਗਾ। ਜਿੱਦਾਂ ਲੋਕ ਨੈਗੇਟਿਵ ਕਰਦੇ ਹੈ ਨਾ, ਸਰਾਹਣ ਵਾਲੇ ਵੀ ਬੜੇ ਹੁੰਦੇ ਆ, ਲੋਕ ਪਸੰਦ ਵੀ ਬਹੁਤ ਕਰਦੇ, ਬਾਹਰੋਂ ਬਾਹਰੋਂ ਲੋਕਾਂ ਦੇ ਫੋਨ ਆਉਂਦੇ ਤੁਹਾਨੂੰ, ਹੈ ਨਾ, ਅਤੇ ਫਿਰ ਉਹ ਚੀਜ਼ਾਂ ਵਧੀਆ ਲੱਗਦੀਆਂ ਤੁਹਾਨੂੰ? ਮੈਡਮ ਤੁਸੀਂ ਹਿਸਾਬ ਲਾ ਲਓ ਵੀ ਜਿਹੜੇ ਆਪਣੇ ਗੁਰੂ ਨਾਨਕ ਪਾਤਸ਼ਾਹ ਜੀ, ਉਹਨਾਂ ਨੂੰ ਨਹੀਂ ਲੋਕਾਂ ਨੇ ਬਖਸ਼ਿਆ, ਅਤੇ ਅਸੀਂ ਕੀ ਚੀਜ਼ ਹਾਂ? ਆਪਾਂ ਲੋਕਾਂ ਨੂੰ ਡੱਕ ਨਹੀਂ ਸਕਦੇ, ਵਿੱਚ ਚੰਗੇ ਵੀ ਲੋਕਾਂ ਨੇ ਕਮੈਂਟ ਕਰਨੇ, ਮਾੜੇ ਵੀ ਕਰਨੇ। ਹੁਣ ਜਿਹੜੇ ਸਿਆਣੇ ਬੰਦੇ ਉਹਨਾਂ ਨੇ ਸਹੀ ਕਮੈਂਟ ਕਰਨੇ ਆ, ਅਤੇ ਜਿਹੜੇ ਮਾੜੇ ਆ, ਜਿਹੜੇ ਵਿਹਲੇ ਬੈਠੇ ਘਰੇ, ਜਿਹੜੇ ਜਿਨ੍ਹਾਂ ਨੂੰ ਕੰਮ ਨਹੀਂ ਕੋਈ ਕਰ ਰਹੇ, ਉਹਨਾਂ ਨੇ ਨੈਗੇਟਿਵ ਕਮੈਂਟ ਕਰਕੇ ਅਗਲੇ ਦਾ ਮਨ ਸਾੜ ਦੇਣਾ। ਉਹਨਾਂ ਨੂੰ ਇਹੋ ਅਪੀਲ ਆ ਵੀ ਭਰਾਵਾ ਜੇ ਤੁਹਾਨੂੰ ਚੰਗਾ ਲੱਗਦਾ ਤਾਂ ਅਸੈਪਟ ਕਰੋ, ਨਹੀਂ ਚੰਗਾ ਲੱਗਦਾ ਤਾਂ ਅਨਫੋਲੋ ਕਰ ਦਿਓ, ਕੋਈ ਚੱਕਰ ਨਹੀਂ। ਅਸੀਂ ਤਾਂ ਆਪਣੀ ਜ਼ਿੰਦਗੀ ਜੀਣ ਡਿਆ, ਮਹਾਰਾਜ ਨੇ ਸ਼ੁਕਰ ਕੀਤਾ, ਵਧੀਆ ਜ਼ਿੰਦਗੀ, ਕੋਈ ਚੱਕਰ। ਤੁਹਾਨੂੰ ਵਧੀਆ ਲੱਗਦਾ? ਹਾਂਜੀ ਬਹੁਤ ਵਧੀਆ ਲੱਗਦਾ। ਬਹੁਤ ਬਹੁਤ ਸ਼ੁਕਰੀਆ ਗੱਲਬਾਤ ਕੀਤੀ, ਟਾਈਮ ਦਿੱਤਾ ਸਾਨੂੰ। ਮੈਡਮ ਤੁਸੀਂ ਸਾਡੇ ਕੋਲ ਆਏ ਜੇ, ਵੈਲਕਮ, ਧੰਨਵਾਦ, ਬਹੁਤ ਬਹੁਤ ਧੰਨਵਾਦ। ਸੋ ਜੀ ਇਹ ਮਨਕੀਰਤ ਸਿੰਘ ਕਲਸੀ ਦੇ ਪੇਰੈਂਟ ਸੀ, ਇਹਨਾਂ ਦੇ ਨਾਲ ਗੱਲਬਾਤ ਕੀਤੀ, ਕੋਸ਼ਿਸ਼ ਕੀਤੀ ਉਹਦੇ ਨਾਲ ਗੱਲ ਕਰਨ ਦੀ, ਕਹਿੰਦੇ ਜ਼ਿਆਦਾਤਰ ਬੋਲਦਾ ਨਹੀਂ ਹੈਗਾ, ਇਹ ਚੁੱਪ ਹੀ ਰਹਿੰਦਾ ਆ। ਸੋ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰ ਦਿਓ, ਮੈਨੂੰ ਦਿਓ ਇਜਾਜ਼ਤ, ਸਤਿ ਸ਼੍ਰੀ ਅਕਾਲ।